ਖਾਲਸਾ ਦਾ ਕੀ ਅਰਥ ਹੈ, ਕੀ ਹੈ ਖਾਲਸਾ ਰਾਜ, ਕਿਉਂ ਇਸ ਰਾਜ ਦੀ ਮੰਗ ਵਾਰ ਵਾਰ ਕੀਤੀ ਜਾ ਰਹੀ ਹੈ। ਇਹੋ ਜਿਹਾ ਰਾਜ ਪੂਰੇ ਸੰਸਾਰ ਵਿੱਚ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਸਿਵਾਏ ਮਹਾਰਾਜਾ ਰਣਜੀਤ ਸਿੰਘ ਤੋਂ। ਇਸ ਰਾਜ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਦੋਸਤੋ, ਕਿਉਂ ਅੱਜ ਮੁੜ ਤੋਂ ਖਾਲਸਾ ਰਾਜ ਦੀ ਮੰਗ ਉੱਠ ਰਹੀ ਹੈ? ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਖਾਲਿਸਤਾਨ ਸ਼ਬਦ ਦੇ ਬਾਰੇ। ਖਾਲਸ ਦਾ ਮਤਲਬ ਹੁੰਦਾ ਹੈ ਪਿਓਰ, ਸ਼ੁੱਧ, ਜਿਸ ਵਿੱਚ ਕੋਈ ਵੀ ਮਿਲਾਵਟ ਨਾ ਹੋਵੇ। ਸਥਾਨ ਦਾ ਮਤਲਬ ਹੁੰਦਾ ਹੈ ਜਗ੍ਹਾ। ਕੁਝ ਲੋਕਾਂ ਨੂੰ ਇਸ ਦੇ ਸ਼ਬਦ ਦਾ ਮਤਲਬ ਹੀ ਨਹੀਂ ਪਤਾ, ਉਹ ਲੋਕ ਇਸ ਸ਼ਬਦ ਤੋਂ ਬੜੀ ਤਕਲੀਫ ਮੰਨਦੇ ਹਨ। ਖਾਲਸਾ ਰਾਜ ਜਾਣੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਵੀ ਧਰਮ ਦੇ ਲੋਕਾਂ ਨਾਲ ਵਿਤਕਾਰਾ ਨਹੀਂ ਸੀ ਕੀਤਾ ਜਾਂਦਾ। ਹਰ ਇੱਕ ਇਨਸਾਨ ਨੂੰ ਆਪਣਾ ਧਰਮ ਮੰਨਣ ਦੀ ਪੂਰਨ ਆਜ਼ਾਦੀ ਸੀ। ਕੀ ਮੁੜ ਕੇ ਆ ਸਕਦਾ ਹੈ ਖਾਲਸਾ ਰਾਜ? ਕਿਸ ਤਰ੍ਹਾਂ ਦਾ ਸੀ ਖਾਲਸਾ ਰਾਜ? ਸਭ ਤੋਂ ਪਹਿਲਾਂ ਅਸੀਂ ਆਪਣੇ ਦਿਮਾਗ ਵਿੱਚੋਂ ਇਹ ਗਲਤ ਫਹਿਮੀ ਕੱਢ ਦਈਏ ਕਿ ਖਾਲਸਾ ਰਾਜ ਕਿਸੇ ਵਿਸ਼ੇਸ਼ ਫਿਰਕੇ ਜਾਂ ਸਮੁਦਾਇ ਨਾਲ ਜੁੜਿਆ ਹੈ। ਕੋਈ ਵੀ ਖਾਲਸਾ ਰਾਜ ਸਥਾਪਿਤ ਕਰ ਸਕਦਾ ਹੈ, ਚਾਹੇ ਉਹ ਹਿੰਦੂ ਹੋਵੇ ਜਾਂ ਮੁਸਲਮਾਨ ਜਾਂ ਕੋਈ ਹੋਰ ਧਰਮ ਦਾ, ਪਰ ਉਹ ਇਹਨਾਂ ਸ਼ਰਤਾਂ ਨੂੰ ਪੂਰਾ ਕਰਦਾ ਹੋਵੇ। ਖਾਲਸਾ ਰਾਜ ਇੱਕ ਮਹਾਨ ਪਰੰਪਰਾ ਦਾ ਨਾਮ ਹੈ, ਖਾਲਸਾ ਮਹਾਨ ਅਸੂਲਾਂ ਦਾ ਨਾਮ ਹੈ। ਇਹਨਾਂ ਅਸੂਲਾਂ ਨੂੰ ਮੰਨ ਕੇ ਕੋਈ ਵੀ ਖਾਲਸਾ ਰਾਜ ਸਥਾਪਿਤ ਕਰ ਸਕਦਾ ਹੈ। ਹੁਣ ਅਸੀਂ ਖਾਲਸਾ ਰਾਜ ਦੀਆਂ ਕੁਝ ਖਾਸ ਗੱਲਾਂ ਦੇ ਬਾਰੇ ਜਾਣਕਾਰੀ ਦਿੰਦੇ ਹਾਂ। ਖਾਲਸਾ ਰਾਜ ਵਿੱਚ ਜ਼ਿਆਦਾਤਰ ਲੋਕ ਫਰਾਂਸੀ ਪੜ੍ਹਦੇ ਅਤੇ ਲਿਖਦੇ ਸੀ। ਲਾਹੌਰ ਵਿੱਚ ਪਹਿਲੀ ਵਾਰ ਕੁਰਾਨ ਦਾ ਅਨੁਵਾਦ ਪੰਜਾਬੀ ਵਿੱਚ ਕੀਤਾ ਗਿਆ ਸੀ। ਖਾਲਸਾ ਰਾਜ ਦਾ ਮਤਲਬ ਇਹੋ ਜਿਹਾ ਰਾਜ ਜਿੱਥੇ ਕੋਈ ਵੀ ਛੋਟਾ ਵੱਡਾ ਜਾਂ ਅਮੀਰ ਗਰੀਬ ਨਹੀਂ ਸੀ, ਜਿਸ ਰਾਜ ਵਿੱਚ ਕੋਈ ਬੇਰੁਜ਼ਗਾਰ ਨਹੀਂ ਸੀ, ਜਿੱਥੇ 40 ਸਾਲਾਂ ਵਿੱਚ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਦਿੱਤੀ ਗਈ ਸੀ। ਖਾਲਸਾ ਰਾਜ ਅਜਿਹਾ ਰਾਜ ਸੀ ਜਿੱਥੇ ਰਾਜੇ ਦੇ ਖਿਲਾਫ਼ ਜੇ ਕੋਈ ਸ਼ਿਕਾਇਤ ਹੁੰਦੀ ਤਾਂ ਰਾਜੇ ਨੂੰ ਵੀ ਸਜ਼ਾ ਦਿੱਤੀ ਜਾਂਦੀ ਸੀ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਗਲਤੀ ਹੋ ਗਈ ਸੀ ਤਾਂ ਉਹਨਾਂ ਨੂੰ ਦਰਬਾਰ ਸਾਹਿਬ ਦੇ ਜਥੇਦਾਰਾਂ ਵੱਲੋਂ 100 ਕੌੜਿਆਂ ਦੀ ਸਜ਼ਾ ਸੁਣਾਈ ਗਈ ਸੀ, ਪਰ ਬਾਅਦ ਵਿੱਚ ਉਹ ਸਜ਼ਾ ਨੂੰ ਮਾਫ਼ ਕਰਕੇ ਸੰਗਤਾਂ ਲਈ ਝੂਠੇ ਭਾਂਡੇ ਧੋਣ ਦੀ ਸਜ਼ਾ ਦਿੱਤੀ ਗਈ ਸੀ ਜੋ ਮਹਾਰਾਜਾ ਰਣਜੀਤ ਸਿੰਘ ਨੇ ਭੁਗਤੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਭ ਦੇ ਨਾਲ ਇੱਕੋ ਜਿਹਾ ਵਿਤਕਾਰਾ ਕੀਤਾ ਜਾਂਦਾ ਸੀ, ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਦਾ ਹੋਵੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਭ ਤੋਂ ਵੱਧ ਪੈਸਾ ਹਿੰਦੂ ਮੰਦਰਾਂ ਨੂੰ ਦਾਨ ਕੀਤਾ ਗਿਆ। ਧਾਰਮਿਕ ਸਥਾਨਾਂ ਦੇ ਨਾਮ 'ਤੇ ਜਗੀਰਾਂ ਲਗਵਾਈਆਂ ਗਈਆਂ ਸੀ ਜਿੱਥੇ ਕੋਈ ਰਾਤ ਨੂੰ ਭੁੱਖੇ ਪੇਟ ਨਹੀਂ ਸੌਂ ਸਕਦਾ ਸੀ। ਹਰ ਕਿਸੇ ਨੂੰ ਇਨਸਾਫ ਮਿਲਦਾ ਸੀ। ਸਿਹਤ, ਸਿੱਖਿਆ ਅਤੇ ਰੁਜ਼ਗਾਰ ਦਾ ਪੂਰਾ ਪ੍ਰਬੰਧ ਸੀ। ਇਹੋ ਜਿਹੇ ਰਾਜ ਦੀ ਮੰਗ ਕਰਨਾ ਜੇ ਗਲਤ ਹੈ ਤਾਂ ਬਹੁਤ ਮਾੜੀ ਗੱਲ ਹੈ। ਪੂਰੀ ਦੁਨੀਆ ਵਿੱਚ ਇਹੋ ਜਿਹਾ ਰਾਜ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਇੱਥੇ ਹਰ ਕਿਸੇ ਨੂੰ ਇਨਸਾਫ ਮਿਲ ਸਕੇ। ਗੁਰੂ ਗੋਬਿੰਦ ਸਿੰਘ ਜੀ ਦੀਆਂ 500 ਭਵਿੱਖਬਾਣੀਆਂ ਵਿੱਚੋਂ ਇੱਕ ਭਵਿੱਖਬਾਣੀ ਇਹ ਵੀ ਹੈ ਕਿ ਖਾਲਸਾ ਰਾਜ ਇੱਕ ਵਾਰ ਮੁੜ ਪਰਤੇਗਾ। ਦੋਸਤੋ, ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।